तू जो करना आ तू कर ला कहते मेनू भी फोन करके गल्ला कही इन्होंने कहते तू घरे बढ़ के दिखा तेरी लत्ता तोड़ देंगे मेनू शरियाम एक किसी ने धमकियां देंदे पे आ तलाक लिया के नहीं लिया कर रहे वेरीफाई पता नहीं ਜਿਵੇਂ ਉਹਨਾਂ ਦੀ ਪਹਿਲੀ ਹਸਬੈਂਡ ਵਾਈਫ ਦਾ ਕਹਿਣਾ ਸੀਗਾ ਕਿ ਮੇਰਾ ਕੋਰਟ ਕੇਸ ਲੱਗਾ ਹੋਇਆ ਹਲੇ ਤੱਕ ਕੋਈ ਡਿਸੀਜਨ ਨਹੀਂ ਆਇਆ ਹਾਂ ਉਹਦੇ ਕਹਿਣ ਮੁਤਾਬਕ ਹੈਗੀ ਇਹ ਗੱਲ ਬਾਕੀ ਇਹ ਵੈਰੀਫਾਈ ਕਰਦੇ ਹਾਂ ਕਿ ਇਦਾਂ ਦੀ ਗੱਲ ਠੀਕ ਹੈ ਸੋ ਦੱਸ ਦਈਏ ਕਿ ਮੌਕੇ ਦੇ ਉੱਤੇ ਜਿਹੜੇ ਡਿਊਟੀ ਅਫਸਰ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਹਲੇ ਅਸੀਂ ਤਫਤੀਸ਼ ਕਰ ਰਹੇ ਹਾਂ ਜੋ ਵੀ ਆ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਤਫਤੀਸ਼ ਕਰਨ ਦੇ ਬਾਅਦ ਜਿਹੜੀ ਕਰ ਦਿੱਤੀ ਜਾਏਗੀ ਲੜਕੀ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਇੱਕ ਚੀਜ਼ ਦੱਸਿਓ ਕਿ 17 ਦਿਨਾਂ ਦੇ ਪਿਆਰ ਹੋਣ ਦੇ ਬਾਅਦ ਤੁਸੀਂ ਮੈਰਿਜ ਦਾ ਸਟੈਪ ਵੀ ਚੱਕ ਲਿਆ ਹੁਣ ਤੁਹਾਡੇ ਹਸਬੰਡ ਤੁਹਾਡੇ ਨਾਲ ਸਪੋਰਟ ਨਹੀਂ ਕਰ ਰਹੇ ਮੇਰੇ ਕੋਲ ਪ੍ਰੂਫ ਆ ਤੂੰ ਵਿਆਹਿਆ ਹੋਇਆ ਮੇਰੇ ਕੋਲ ਫੋਟੋਆਂ ਦੇ ਰਹੀ ਹੈ ਜੇ ਮੈਂ ਵਿਆਹੀ ਮੇਰੇ ਪ੍ਰੂਫ ਤਾਂ ਤੂੰ ਲੈ ਕੇ ਆ ਤੂੰ ਮੈਨੂੰ ਇੰਨਾ ਬਦਨਾਮ ਕਰਦਾ ਪਿਆ ਤੂੰ ਮੈਨੂੰ ਸਾਰੀ ਜਗ੍ਹਾ ਬਦਨਾਮ ਕਰਦਾ ਮੈਂ ਤੂੰ ਖੁਦ ਤੋਂ ਸੈਡ ਹੋ ਕੇ ਬਹਿ ਗਿਆ ਖੁਦ ਤੋਂ ਸਾਹਮਣੇ ਨਹੀਂ ਆ ਰਿਹਾ ਤੂੰ ਮੈਨੂੰ ਬਦਨਾਮ ਕਰਦਾ ਹੁਣ ਕਿੰਨੇ ਦਿਨ ਹੋ ਗਏ ਤੁਹਾਡੇ ਹਸਬੰਡ ਦੇ ਨਾਲ ਗੱਲ ਨਹੀਂ ਹੋਈ ਭਾਜੀ ਅੱਜ ਇੱਕ ਪੂਰਾ ਮਹੀਨਾ ਹੋ ਚੁੱਕਿਆ ਬੰਦੇ ਨੇ ਮੈਨੂੰ ਵਲੌਗ ਲਿਸਟ 'ਚ ਪਾਇਆ ਹੋਇਆ ਨਾ ਗੱਲ ਕਰਦਾ ਨਾ ਬਾਤ ਕਰਦਾ ਫੋਨ 'ਤੇ ਸਟੋਰੀਆਂ ਪਾਉਂਦਾ ਆ लड़के दे परिवार दे नाल तुहाडी कोई गलबात होवे मां नाल मैनूं गाला कड़दे पे ओह बहुत गाला कड़दे पहले तुहाडी सपोर्ट करदे सी हुण तुहानूं गाल लगदी ऐ मैंने सपोर्ट कीती उहनां ने पूरी सपोर्ट कीती जदों तुसीं कह रहे सी कि उहनां ने आके कि मैनूं शगन वी पाया कोई सारा कुछ कि नहीं पाजी उहनां दे घरे जदों जांदी हुंदी सी फोटो फोटो नहीं ऐ मैं उहनां दे घरे जांदी सी पूरी इज्जत सम्मान मेरे नाल करदे सी मेरा जिहड़ा देवर आ मेरे नाल रोज़ गल्लां हुंदियां सी सारिआं दी व्हाट्सएप ते मेरी देवर दे नाल मेरी नंद दे नाल इज्जत समान पूरा किया बस ये दो चार ये महीना जरा गया ना ये ही इन्होंने मैं गाली गलोड करनी शुरू करती एक महीने बस ये महीने बहुत कुछ इन्होंने करता छे महीने मेरे ना बहुत बढ़िया रही है ये सारा टब्बर पूरा जो हम लगता है कि जो जल्दबाजी के स्टैप चुकया से वह गलत सी बहुत गलत सी बहुत ज़्यादा गलत सी कभी भी अपने घर के खिलाफ नहीं जाना चाहिए कदे नहीं जाना चाहिए बुधवार तक मेनु टाइम देता कि तेरा हिस्सा बुधवार तक हो जाऊगा मैं नाल नहीं रहना।
ਸੋ ਦੱਸ ਦਈਏ ਕਿ 17 ਦਿਨਾਂ ਦੇ ਪਿਆਰ ਦੇ ਬਾਅਦ ਜਿਹੜਾ ਆ ਮੈਰਿਜ ਪ੍ਰੀਆ ਨਾਮ ਦੀ ਲੜਕੀ ਵੱਲੋਂ ਜਿਹੜੀ ਆ ਕਰਵਾ ਲਿੱਤੀ ਜਾਂਦੀ ਹੈ। ਬਾਅਦ ਦੇ ਵਿੱਚ ਉਹਨੂੰ ਪਤਾ ਲੱਗਦਾ ਹੈ ਕਿ ਜਿਹੜਾ ਉਹਦਾ ਘਰ ਵਾਲਾ ਆ ਉਹ ਪਹਿਲੇ ਹੀ ਵਿਆਹਿਆ ਪਿਆ, ਉਹਦੇ ਵੱਲੋਂ ਕੋਈ ਵੀ ਹਲੇ ਤੱਕ ਜਿਹੜਾ ਆ ਆਪਣੀ ਪਹਿਲੀ ਵਾਈਫ ਵੱਲੋਂ ਜਿਹੜਾ ਆ ਡਿਵੋਰਸ ਨਹੀਂ ਲਿਆ ਗਿਆ। ਉਹਦੇ ਬਾਅਦ ਮਾਮਲਾ ਜਿਹੜਾ ਆ ਪ੍ਰਾਗਪੁਰ ਚੌਂਕੀ ਦੇ ਵਿੱਚ ਪਹੁੰਚਦਾ ਹੈ ਅਤੇ ਇੱਥੇ ਦੋਵੇਂ ਪਾਰਟੀਆਂ ਜਦੋਂ ਆਉਂਦੀਆਂ ਨੇ ਅਤੇ ਆਪਸ ਦੇ ਵਿੱਚ ਗਾਲੀ ਗਲੋਚ ਵੀ ਕਰਦੇ ਨੇ। ਉਹਦੇ ਬਾਅਦ ਇੱਕ ਪਾਰਟੀ ਨੂੰ ਜਦੋਂ ਪੁਲਿਸ ਇੱਥੋਂ ਭੇਜ ਦਿੰਦੀ ਹੈ ਅਤੇ ਦੂਸਰੀ ਪਾਰਟੀ ਇੱਥੇ ਆਪਣਾ ਪੱਖ ਰੱਖ ਰਹੀ ਹੈ। ਜੋ ਇਹਨਾਂ ਵੱਲੋਂ ਆਰੋਪ ਲਗਾਏ ਗਏ ਨੇ ਉਹ ਚੀਜ਼ ਦੀ ਅਸੀਂ ਪੁਸ਼ਟੀ ਨਹੀਂ ਕਰਦੇ, ਪਰ ਜੇ ਦੂਸਰੀ ਪਾਰਟੀ ਵੀ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੀ ਹੈ ਤਾਂ ਕਰਕੇ ਆਪਣਾ ਪੱਖ ਰੱਖ ਸਕਦੀ ਹੈ। ਥੋੜ੍ਹਾ ਜਿਹਾ ਉੱਚੀ ਬੋਲੂਗਾ ਚਲੋ ਹੁਣ ਇਹਨਾਂ ਨੇ ਦੱਸਿਆ ਵਾ ਗਲਤੀ ਹੋ ਗਈ ਹੈ ਬੱਚਿਆਂ ਕੋਲ ਜਾਂ ਕੁਛ ਵਾ, ਉਹਨੇ ਵੀ ਦੱਸਿਆ ਨਹੀਂ ਹੈ, ਪਰ ਆਪਾਂ ਕਹਿੰਦੇ ਸਭ ਤੋਂ ਵੱਡੀ ਮੁੰਡੇ ਦੀ ਗਲਤੀ ਹੈ। ਵਿਆਹਿਆ ਪਿਆ ਸੀ ਉਹਨੂੰ ਤਾਂ ਪਤਾ ਸੀ ਨਾ ਵੀ ਵਿਆਹਿਆ ਪਿਆ, ਉਹਨੂੰ ਤਾਂ ਪਤਾ ਸੀ, ਜੇ ਇਹਨੂੰ ਨਹੀਂ ਸੀ ਪਤਾ ਤਾਂ ਉਹਨੂੰ ਤਾਂ ਪਤਾ ਹੀ ਸੀ ਵੀ ਮੈਂ ਵਿਆਹਿਆ, ਮੇਰਾ ਬੱਚਾ ਵੀ ਹੋਣ ਵਾਲਾ। ਨਹੀਂ ਜਿਸ ਤਰ੍ਹਾਂ ਦਾਦੇ ਨੇ ਮੇਰਾ ਸਹੁਰਾ ਪਰਿਵਾਰ ਪਹਿਲੇ ਸਪੋਰਟ ਕਰਦਾ ਸੀ, ਗਾਲਾਂ ਕੱਢਦਾ ਵਾ, ਮੈਨੂੰ ਵੀ ਸਰ ਅੱਜ ਹੀ ਪਤਾ ਲੱਗਿਆ ਵਾ, ਮੈਨੂੰ ਵੀ ਅੱਜ ਹੀ ਥਾਣੇ ਵਿੱਚ ਹੀ ਪਤਾ ਲੱਗਿਆ ਵੀ ਉਹਨਾਂ ਨੇ ਇੱਦਾਂ ਦਾ ਕਰਕੇ ਸ਼ਗਨ ਵੀ ਦਿੱਤਾ ਜਾਂ ਕੁਛ ਵਾ, ਦਨਾਣ ਵੀ ਆਉਂਦੀ ਸੀ ਸਾਨੂੰ, ਸਾਡੀ ਉਹਨਾਂ ਨਾਲ ਵੀ ਗੱਲ ਹੋਈ ਸੀ, ਪਰ ਉਹ ਪਹਿਲਾਂ ਸਾਨੂੰ ਉਹ ਸਹੀ ਲੱਗਦੇ ਜਦੋਂ ਅਸੀਂ ਇਹਦੀ ਸੁਣੀ ਆਣ ਕੇ, ਪਰ ਸਾਨੂੰ ਇਹ ਸਹੀ ਲੱਗੀ ਆ, ਉਹ ਗਲਤ ਲੱਗੇ ਆ, ਉਹ ਝੂਠੇ ਆ ਇੱਕ ਨੰਬਰ ਦੇ। ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ? ਹਾਂਜੀ ਮੇਰੀ ਇੱਕ ਦਿਨ ਗੱਲ ਹੋਈ ਸੀ ਜ਼ਰੂਰ, ਉਹ ਵੀ ਥੋੜ੍ਹਾ ਜਿਹਾ ਮੈਨੂੰ ਮਿਲੇ ਸੀਗੇ, ਸਿਰਫ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਕਹਿੰਦੇ ਵੀ ਅਸੀਂ ਮਤਲਬ ਕੁੜੀ ਨੇ ਗਲਤ ਸੀ ਉਹਨੂੰ ਪਤਾ ਸੀ ਮੈਂ ਦੱਸਦਾ ਵੀ ਹੋਈ ਪਈ ਆ ਤਾਂ ਵੀ, ਪਰ ਜਦੋਂ ਹੁਣ ਸਾਨੂੰ ਮਾਮਲਾ ਪਤਾ ਲੱਗਿਆ ਵੀ ਉਹਨੂੰ ਨਹੀਂ ਪਤਾ ਸੀ। ਅਤੇ ਹੁਣ ਚੌਂਕੀ ਇੰਚਾਰਜ ਕੀ ਕਹਿ ਰਹੇ ਆ? ਚੌਂਕੀ ਇੰਚਾਰਜ ਕਹਿ ਰਹੇ ਆ ਵੀ ਬੁੱਧਵਾਰ ਦਾ ਟਾਈਮ ਦਿੱਤਾ ਉਹਨਾਂ ਨੇ, ਉਹ ਕਹਿੰਦੇ ਸੀ ਵੀ ਅਸੀਂ ਬੁੱਧਵਾਰ ਨੂੰ ਦੇਖਦੇ ਹਾਂ ਮੁੰਡੇ ਨੂੰ ਪੇਸ਼ ਕਰੋ ਅਤੇ ਉਹਦੇ ਸਾਹਮਣੇ ਸਾਨੂੰ ਲੋਕ ਕਮੈਂਟ ਕਰ ਰਹੇ ਨੇ ਜੇ ਲੜਕੀ ਦੀ ਹੈਲਪ ਕਰਨੀ ਹੋਵੇ ਕਿ ਇਸ ਨੰਬਰ ਦੇ ਉੱਤੇ ਕੰਟੈਕਟ ਕੀਤਾ ਜਾਵੇ। ਹਾਂਜੀ ਤੁਸੀਂ ਕੋਈ ਵੀ, ਅਸੀਂ ਇਹਦੇ ਬਾਰੇ ਕੁੜੀ ਦਾ ਹੀ ਨੰਬਰ ਦੇਵਾਂਗੇ ਅਸੀਂ ਤਾਂ, ਵੈਸੇ ਕੁੜੀ ਦਾ ਨੰਬਰ ਦੇਵਾਂਗੇ ਅਸੀਂ ਅਤੇ ਉਹਨਾਂ ਨੂੰ ਜ਼ਰੂਰ ਦਿੱਤਾ, ਆਪਾਂ ਕਿਸੇ ਦਾ ਹੋਰ ਦਾ ਨੰਬਰ ਦੇ ਨਹੀਂ ਸਕਦੇ। ਤੁਸੀਂ ਨੰਬਰ ਦੇਣਾ ਚਾਹੋਗੇ ਆਪਣਾ? ਹਾਂਜੀ ਤੁਸੀਂ ਜੇ ਜੇ ਕਿਸੇ ਨੇ ਤੁਹਾਡੀ ਹੈਲਪ ਕਰਨੀ ਹੋਵੇ ਤੁਸੀਂ ਆਪਣਾ ਨੰਬਰ ਦੇਣਾ ਚਾਹੋਗੇ? ਫਿਰ ਆਪਣਾ ਨੰਬਰ ਬੋਲ ਦਿਓ, ਦੇਖ ਸਕਦੇ ਹੋ ਕਿ ਲੜਕੀ ਦਾ ਜਿਹੜਾ ਰੋ ਰੋ ਕੇ ਕਾਫੀ। ਸੋ ਗੁਰਵਿੰਦਰ ਸਿੰਘ ਲੁਬਾਣਾ ਜੀ, ਤੁਹਾਡੇ ਵੱਲੋਂ ਜੋ ਕਮੈਂਟ ਕੀਤਾ ਗਿਆ ਕਿ ਲੜਕੀ ਦੀ ਹੈਲਪ ਕਰਨ ਦੇ ਲਈ ਨੰਬਰ ਚਾਹੀਦਾ ਆ ਤੇ ਪੁਸ਼ਟੀ ਨਹੀਂ ਕੀਤੀ ਜਾ ਰਹੀ, ਜੇਕਰ ਦੂਸਰਾ ਜਿਹੜਾ ਇਹ ਆਪਣਾ ਨੰਬਰ ਦੱਸ ਰਹੇ ਨੇ, ਦੋ ਮਿੰਟ ਬੋਲੀਓ ਨੰਬਰ 9877861189। ਦੁਬਾਰਾ ਨੰਬਰ ਰਿਪੀਟ ਕਰ ਦਿਓ 9877861189। ਸੋ ਜੇ ਕਿਸੇ ਵੱਲੋਂ ਵੀ ਇਸ ਲੜਕੀ ਦੀ ਮਦਦ ਕਰਨਾ ਚਾਹੁੰਦਾ ਹੈ ਕੋਈ ਵੀ, ਤੇ ਲੜਕੀ ਵੱਲੋਂ ਜਿਹੜਾ ਆਪਣਾ ਨੰਬਰ ਵੀ